गुड मॉर्निंग ਸਾਰਿਆਂ ਨੂੰ, ਕਿਵੇਂ ਹੋ ਸਾਰੇ? ਹੋਪ ਸਾਰੇ ਬਹੁਤ ਵਧੀਆ ਹੋਵੋਗੇ, ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ। ਤੇ ਇੱਥੇ ਆਪਾਂ ਸਟਾਰਟ ਕਰਨ ਲੱਗੇ ਹਾਂ ਅੱਜ ਦਾ ਬਲੌਗ, ਅੱਜ ਦਾ ਰੂਟੀਨ। ਇਹ ਸਵੇਰ ਦਾ ਟਾਈਮ ਹੈ, ਐਕਚੁਅਲੀ ਮੈਂ ਥੋੜ੍ਹਾ ਅਰਲੀ ਉੱਠ ਖੜੀ ਸੀਗੀ। ਹੁਣ ਤਾਂ ਨਾ ਮੂੰਹ ਨੇਰਾ ਜਿਹਾ ਹੁੰਦਾ ਹੈ ਨਾ, 5:15 ਮੂੰਹ ਨੇਰਾ ਹੁੰਦਾ। ਮੈਨੂੰ ਐਂ ਸੀਗਾ ਅੱਜ ਅਸੀਂ ਜਾਣਾ ਕਾਫੀ ਥਾਵਾਂ 'ਤੇ, ਮੇਰਾ ਕੰਮ ਵੀ ਬਹੁਤ ਪੈਂਡਿੰਗ ਪਏ ਨੇ, ਪੈਂਡਿੰਗ ਇਨ ਦਾ ਸੈਂਸ ਕੱਪੜੇ ਧੋਣ ਵਾਲੇ ਪਏ ਨੇ। ਅਤੇ ਫਿਰ ਇੱਥੇ ਮੰਮੀ ਕਹਿ ਰਹੇ ਸੀਗੇ ਵੀ ਆਟਾ ਉੱਟਾ, ਚੱਲ ਮੈਨੂੰ ਐਂ ਸੀ ਵੀ ਚਾਹ ਬਣਾਉਣ ਆਈ ਸੀਗੀ। ਮੈਂ ਕਿਹਾ ਆਟਾ ਵੀ ਗੁੰਨੀ ਜਾਂਦੀ ਹਾਂ ਹੈ ਨਾ, ਜਦ ਤੱਕ ਜਦੋਂ ਆਪਾਂ ਬ੍ਰੇਕਫਾਸਟ ਬਣਾਉਣਾ, ਪਰੌਂਠਾ ਬਣਾਉਣਾ, ਵੀ ਉਦੋਂ ਤੱਕ ਖੜ ਜੂਗਾ ਆਟਾ ਹੈ ਨਾ। ਮੈਂ ਕਿਹਾ ਚੱਲ ਨਾਲੇ ਚਾਹ ਪੀ ਲੈਂਦੇ ਹਾਂ, ਹਲੇ ਤਾਂ ਅਰਲੀ ਬਹੁਤ ਆ, ਜਦ ਸਾਰੇ ਉੱਠਣਗੇ ਫਿਰ ਬ੍ਰੇਕਫਾਸਟ ਉਦੋਂ ਰੈਡੀ ਕਰ ਲਾਂਗੇ, ਜਦ ਨੂੰ ਮੇਰਾ ਆਟਾ ਥੋੜ੍ਹਾ ਜਿਹਾ ਠਹਿਰ ਜੂ। ਮੈਂ ਕੀ ਕਰਦੀ ਹੁੰਦੀ ਹਾਂ, ਮੈਂ ਆਟਾ ਗੁੰਨ ਕੇ ਨਾ ਇਹਨੂੰ ਥੋੜ੍ਹੀ ਦੇਰ ਲਈ, ਤਾਂ ਪਹਿਲਾਂ ਕਹਿ ਦਿੰਦੇ ਹੁੰਦੇ ਨੇ ਰੱਖ ਦਿਉ ਹੈ ਨਾ, ਉਂਗਲਾਂ 4 ਉਂਗਲਾਂ ਉੱਪਰ ਮਾਰ ਕੇ ਵੀ ਇਹਨੂੰ ਥੋੜ੍ਹੀ ਦੇਰ ਰੱਖ ਦਿਉ, ਸੋ ਦੈਟ ਇਹ ਖੜ ਜਾਂਦਾ ਹੁੰਦਾ ਹੈ ਨਾ। ਅਤੇ ਮੇਰੀ ਮੈਨੂੰ ਆਂਟੀ ਹੱਸਣ ਲੱਗੇ, ਕਹਿੰਦੇ ਕਹਿੰਦੇ ਖੜਦਾ ਨਹੀਂ ਹੁੰਦਾ, ਠਹਿਰ ਜਾਂਦਾ ਹੁੰਦਾ ਹੈ ਨਾ, ਵੀ ਇਹਨੂੰ ਫਿਰ ਡੱਬੇ 'ਚ ਪਾ ਕੇ ਮੈਂ ਥੋੜ੍ਹੀ ਦੇਰ ਫਰਿੱਜ 'ਚ ਰੱਖ ਦਿੰਦੀ ਹੁੰਦੀ ਹਾਂ, ਕਿਉਂਕਿ ਫਰਿੱਜ ਦੇ ਵਿੱਚ ਵੀ ਚਲੋ ਸੂਦ ਜਿਹਾ ਹੋ ਜਾਂਦਾ, ਵੀ ਜਦੋਂ ਆਟੇ ਦੀ ਫਿਰ ਰੋਟੀ ਸੋਹਣੀ ਪੱਕਦੀ ਹੈ। ਜੇ ਉਸੇ ਟਾਈਮ ਆਪਾਂ ਆਟਾ ਗੁੰਨ ਕੇ ਫੁਲਕਾ ਬਣਾਉਂਦੇ ਹਾਂ ਨਾ, ਫਿਰ ਨਹੀਂ ਰੋਟੀ ਵਧੀਆ ਪੱਕਦੀ। ਹਾਂਜੀ, ਮੇਰੇ ਨਾ ਇੱਕ ਸਿਸਟਰ ਪੁੱਛ ਰਹੇ ਸੀਗੇ, ਮੇਰੀ ਐਕਚੁਅਲੀ ਨਣਦੀ ਲੱਗਦੇ ਨੇ, ਦੀਦੀ ਹੈਗੇ ਨੇ ਬਰਨ ਫੈਮਿਲੀ ਤੋਂ ਹੈ ਨਾ, ਅਤੇ ਉਹਨਾਂ ਦੇ ਵੀ ਬਲੌਗਸ ਹੁੰਦੇ ਨੇ, ਬਹੁਤ ਵਧੀਆ ਬਲੌਗਸ ਹੁੰਦੇ ਨੇ। ਅਤੇ ਉਹ ਪੁੱਛਦੇ ਸੀਗੇ, ਕਹਿੰਦੇ ਦੀਦੀ ਤੁਸੀਂ ਵੀ ਆਟਾ ਇੱਕ ਹੱਥ ਨਾਲ ਹੀ ਗੁੰਨਦੇ ਹੋ? ਉਹ ਮੈਨੂੰ ਭਾਬੀ ਕਹਿੰਦੇ ਨੇ, ਐਕਚੁਅਲੀ ਉਹ ਹੈਗੇ ਆਪ ਬਾਠਾਂ ਦੀ ਕੁੜੀ ਨੇ ਅਤੇ ਵਿਆਹੇ ਬਰਨ ਦੇ ਵਿੱਚ ਹੋਏ ਨੇ, ਅਤੇ ਤਾਂ ਕਰਕੇ ਉਹ ਮੈਂ ਬਾਠਾਂ ਦੀ ਨੂੰਹ ਹੋ ਗਈ, ਤਾਂ ਕਰਕੇ ਉਹ ਮੈਨੂੰ ਭਾਬੀ ਕਹਿੰਦੇ ਨੇ। ਅਤੇ ਉਹ ਕਹਿੰਦੇ ਹੁੰਦੇ ਨੇ, ਕਹਿੰਦੇ ਦੀਦੀ ਭਾਬੀ ਤੁਸੀਂ ਇੱਕ ਹੱਥ ਨਾਲ ਆਟਾ ਗੁੰਨਦੇ ਹੋ? ਹਾਂਜੀ ਦੀਦੀ, ਮੈਂ ਨਾ ਇੱਕ ਹੱਥ ਨਾਲ ਹੀ ਆਟਾ ਗੁੰਨਦੀ ਹਾਂ। ਪਤਾ ਨਹੀਂ ਮੇਰੇ ਮੰਮਾ ਨੇ ਸਿਖਾਇਆ ਸੀ, ਕਹਿੰਦੇ ਇੱਕ ਹੱਥ ਨਾਲ ਆਟਾ ਗੁੰਨਣਾ ਨਾ ਈਜ਼ੀ ਹੁੰਦਾ, ਵੀ ਦੋ ਹੱਥ ਵਿੱਚ ਉਹ ਪਾਉਂਦਾ ਜਿਹੜਾ ਅਨਪ੍ਰੋਫੈਸ਼ਨਲ ਜਿਹਾ ਹੁੰਦਾ ਹੈ ਨਾ। ਸੋ ਮੈਨੂੰ ਨਹੀਂ ਪਤਾ, ਜਿਹੜੇ ਕੋਈ ਗੁੰਨਦੇ ਵੀ ਹੋਣਗੇ ਦੋ ਹੱਥ ਨਾਲ, ਉਹ ਪਲੀਜ਼ ਮਾਇੰਡ ਨਾ ਕਰਿਓ ਵੀ ਮੈਂ ਜਾਣ ਕੇ ਐਂ ਨਹੀਂ ਕਿਹਾ। ਪਰ ਪਤਾ ਨਹੀਂ, ਮੈਨੂੰ ਮੰਮੀ ਨੇ ਦੱਸਿਆ ਸੀਗਾ, ਮੰਮੀ ਕਹਿੰਦੇ ਵੀ ਆਟੇ ਦੇ ਵਿੱਚ ਹਮੇਸ਼ਾ ਇੱਕੋ ਹੀ ਹੱਥ ਯੂਜ਼ ਕਰਨਾ ਚਾਹੀਦਾ, ਦੂਜੇ ਹੱਥ ਨਾਲ ਤਾਂ ਸਿਰਫ ਪ੍ਰਾਂਤ ਫੜੀ ਦੀ ਹੈ ਨਾ। ਇੱਕ ਹੱਥ ਨਾਲ ਹੀ ਮੈਂ ਆਟਾ ਗੁੰਨਦੀ ਹਾਂ, ਅਤੇ ਇੱਥੇ ਆਪਾਂ ਲੱਗੇ ਹੋਏ ਹਾਂ ਫਟਾਫਟ ਕੰਮ। ਹੁਣ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਕਿੱਥੇ ਕਿਤੇ ਜਾਵਾਂਗੇ, ਕਿਉਂਕਿ ਅੱਜ ਜਰਨੀ ਬਲੌਗ ਆ, ਆਪਾਂ ਅੱਜ ਘੁੰਮਣ ਚੱਲੇ ਹਾਂ। ਆਪਾਂ ਅੱਜ ਕਾਫੀ ਦਿਨ ਹੋ ਗਏ ਸੀਗੇ ਘਰ ਬੈਠਿਆਂ ਨੂੰ, ਅਤੇ ਇੱਥੋਂ ਆਪਾਂ ਹੁਣ ਸਟਾਰਟ ਕਰਨ ਲੱਗੇ ਹਾਂ ਆਪਣੀ ਜਰਨੀ। ਆਪਾਂ ਚੱਲੇ ਹਾਂ, ਕਹਿੰਦੇ ਮੁੱਲੇ ਦੀ ਦੌੜ ਮਸੀਦ ਤੱਕ, ਉਹੀ ਗੱਲ ਹੁੰਦੀ ਹੈ ਨਾ, ਉਵੇਂ ਹੀ ਮੇਰੀ ਆ, ਮੇਰੀ ਮੁੱਲੇ ਦੀ ਦੌੜ ਮਸੀਦ ਤੱਕ, ਜਾਂ ਮਾਣਕੀ ਤੱਕ, ਜਾਂ ਭੜੀ ਤੱਕ, ਜਾਂ ਪੰਜਾਬੀ ਬਾਗ ਤੱਕ, ਮੇਰੀ ਤਾਂ ਤਿੰਨਾਂ ਹੀ ਚੀਜ਼ਾਂ ਨੇ ਜਿੱਥੇ ਤੱਕ ਮੈਂ ਪਹੁੰਚ ਸਕਦੀ ਹਾਂ ਹੈ ਨਾ। ਅਤੇ ਹੁਣ ਆਪਾਂ ਚੱਲੇ ਹਾਂ ਭੜੀ ਤਾਂ ਮੰਮੀ ਵੀ ਨਾਲ ਗਏ ਸੀ, ਮੰਮੀ, ਮੈਂ, ਅਮਨ, ਨਵੀ, ਅੱਜ ਤਾਂ ਅਸੀਂ ਪੂਰੀ ਫੈਮਿਲੀ ਘੁੰਮਣ ਗਏ ਸੀਗੇ, ਕਿਉਂਕਿ ਵੀਕਐਂਡ ਸੀ, ਸਾਰਿਆਂ ਨੂੰ ਛੁੱਟੀ ਸੀ। ਫਿਰ ਅਮਨ ਕਹਿੰਦੇ ਚਲੋ ਸਾਰੇ ਕਿਤੇ ਘੁੰਮੇ ਆਉਂਦੇ ਹਾਂ, ਯਾਰ ਬੋਰ ਹੋ ਰਹੇ ਹਾਂ। ਫਿਰ ਜਦ ਅਸੀਂ ਬੋਰ ਹੁੰਦੇ ਹਾਂ ਕਿਤੇ ਘੁੰਮਣ ਦੀ ਸੋਚਦੇ ਹਾਂ, ਫਿਰ ਅਸੀਂ ਆਪਸ 'ਚ ਇਕੱਠੇ ਤਾਂ ਰਿਸ਼ਤੇਦਾਰੀਆਂ 'ਚ ਹੀ ਜਾਂਦੇ ਹਾਂ, ਹੋਰ ਅਸੀਂ ਕਿਤੇ ਨਹੀਂ ਜਾਂਦੇ ਹੈਗੇ। ਅਤੇ ਅਸੀਂ ਜਾ ਰਹੇ ਸੀਗੇ ਭੜੀ ਨੂੰ, ਅਤੇ ਨਾਲੇ ਚਲੋ ਇੰਦੂ ਦੀਦੀ ਵੀ ਕਹਿੰਦੇ, ਕਹਿੰਦੇ ਕਾਫੀ ਦਿਨ ਹੋ ਗਏ ਵੀ ਮਿਲਣ ਵੀ ਨਹੀਂ ਆਏ, ਨਾ ਮਾਸੀ ਜੀ ਆਏ ਨੇ, ਨਾ ਤੁਸੀਂ ਆਏ ਹੋ, ਵੀ ਚੱਲ ਮਿਲ ਜਾਓ। ਫਿਰ ਹਨੀਤ ਨੂੰ ਵੀ ਛੁੱਟੀ ਸੀਗੀ, ਅਤੇ ਆਹ ਦੇਖੋ ਅਸੀਂ ਪਹੁੰਚ ਗਏ ਭੜੀ, ਇਹ ਆਪਣੀ ਤਾਈ ਨਾਲ ਗੱਲਾਂ ਕਰੀਆਂ, ਬੱਚਿਆਂ ਨਾਲ ਖੇਡ ਰਹੀਆਂ। ਇੱਥੇ ਆਪਾਂ ਪਹੁੰਚ ਗਏ ਮਾਣਕੀ, ਆਹ ਦੇਖੋ ਮਾਣਕੀ ਵਾਲਿਆਂ ਨੂੰ ਕਿੰਨਾ ਚਾਅ ਚੜ੍ਹਦਾ ਹੁੰਦਾ ਜਦ ਅਸੀਂ ਆਉਂਦੇ ਹੁੰਦੇ ਹਾਂ। ਐਕਚੁਅਲੀ ਪਿੰਡ ਹੈ ਨਾ, ਮੈਂ ਪਿੰਡ ਦੇ ਜਦੋਂ ਗੇਟ ਦੇ ਬਾਹਰ ਹੁੰਦੇ ਹਾਂ ਅਸੀਂ, ਫਿਰ ਦੋਨੇ ਦੁਰਾਣੀ ਛੜਾਣੀ ਸਿਰ ਢੱਕ ਲੈਂਦੀ ਹਾਂ, ਅੰਦਰ ਆ ਕੇ ਜਦੀ ਚੁੰਨੀ ਲਾ ਦਿੰਦੀ ਹਾਂ ਅਸੀਂ, ਹੈ ਨਾ। ਅਤੇ ਚਲੋ ਸਾਡੀਆਂ ਮੰਮੀ, ਸਾਸੂ ਮਾਤਾ ਵੀ, ਮੰਮੀਆਂ ਵੀ ਟੰਗਦੇ ਸਿਰ ਢੱਕਦੇ ਨੇ, ਫਿਰ ਸਾਨੂੰ ਵੀ ਢੱਕਣਾ ਚਾਹੀਦਾ ਹੈ ਨਾ, ਜਦੋਂ ਉਹ ਢੱਕਦੇ ਨੇ। ਫਿਰ ਆਹ ਪਹੁੰਚ ਗਏ ਆਪਾਂ ਮਾਣਕੀ ਪਿੰਡ ਆਪਣੇ ਘਰੇ, ਅਤੇ ਇੱਥੇ ਹਨੀਤ ਨੂੰ ਚਾਹ ਚੜਿਆ ਪਿਆ ਸੀ ਭੜੀ, ਉਹਨੇ ਨਾ ਸਾਡਾ ਬਹਿਣਾ ਦੁੱਬਰ ਕਰਤਾ ਸੀ ਭੜੀ, ਸਗੋਂ ਉਹਨਾਂ ਦੇ ਹੋਰ ਰਿਲੇਟਿਵਸ ਵੀ ਆ ਗਏ ਸੀ, ਤਾਂ ਕਰਕੇ ਮੈਂ ਬਾਹਲੀ ਵੀਡੀਓ ਨਹੀਂ ਬਣਾ ਸਕੀ ਹੈਗੀ। ਅਤੇ ਉੱਥੇ ਇਹਨੇ ਸਾਡਾ ਬਹਿਣਾ ਦੁੱਬਰ ਕਰਤਾ ਵੀ ਚਲੋ ਮਾਣਕੀ ਨੂੰ, ਚਲੋ ਮਾਣਕੀ ਨੂੰ, ਚਲੋ ਮਾਣਕੀ ਨੂੰ। ਉਹਦੇ ਵੀਰੇ ਨੂੰ ਵੀ ਇੰਨਾ ਚਾਹ ਚੜਿਆ ਪਿਆ, ਦੋਨੋਂ ਪਿਆਰੀਆਂ ਹੋ ਰਹੀਆਂ ਨੇ ਬਹੁਤ ਸਾਰੀਆਂ, ਹੈ ਨਾ। ਇਹ ਮਾਂ ਅਤੇ ਧੀ ਮਸਾਂ ਹੀ ਮਿਲੀਆਂ ਨੇ, ਜਿਵੇਂ ਕਦੇ ਪਤਾ ਨਹੀਂ ਵਿਛੜੀਆਂ ਕਿਹੜੇ ਮੇਲੇ 'ਚ ਵਿਛੜੀਆਂ ਹੁੰਦੀਆਂ ਨੇ, ਉਵੇਂ ਮਿਲੀਆਂ ਨੇ। ਅਤੇ ਅਮਨ ਅਤੇ ਨਵੀ ਤਾਂ ਲਾ ਕੇ ਬਹਿ ਗਏ ਆਪਣਾ ਮੈਚ, ਅਤੇ ਯੂ ਵੀ ਹੈਲੋ ਕਹਿ ਰਿਹਾ ਸਾਰੇ ਫਰੈਂਡਸ ਨੂੰ। ਅਤੇ ਅਮਨ ਅਤੇ ਆਹ ਪਿਓ ਧੀ ਦਾ ਪਿਆਰ ਇਹਨਾਂ ਨੇ ਕਦੇ ਕੀਤਾ ਨਹੀਂ ਨਾ ਹੈਗਾ, ਘਰੇ ਤਾਂ ਇਹ ਮਿਲਦੇ ਨਹੀਂ ਹੈਗੇ, ਵੀ ਹੁਣ ਉਰੇ ਮਿਲਣਾ ਸੀਗਾ ਤਾਂ ਉਹ ਲੱਗੇ ਹੋਏ ਨੇ, ਹੈ ਨਾ।
ਤੇ ਚਲੋ ਐਂ ਪਿਆਰ ਚਾਹੀਦਾ। ਇਹ ਸਾਰਿਆਂ ਦਾ ਪਿਆਰ ਲੈਂਦੀ ਹੈ। ਇਹਦਾ ਸੁਭਾਅ ਨਾ ਅਮਨ 'ਤੇ ਹੈ। ਅਮਨ ਦਾ ਸੁਭਾਅ ਇੱਦਾਂ ਹੀ ਆ। ਅਮਨ ਜਿਹਦੇ 'ਚ ਵੀ ਜੇ ਚਾਰ ਬੰਦਿਆਂ 'ਚ ਖੜ ਗਏ ਤਾਂ ਅਮਨ ਦੀ ਗੱਲ ਦੀ ਰਿਸਪੈਕਟ ਹੋਣੀ ਹੈ ਅਤੇ ਅਮਨ ਨੂੰ ਸਾਰਿਆਂ ਨੇ ਬਹੁਤ ਰਿਸਪੈਕਟਫੁਲੀ ਅਮਨ ਦੀ ਗੱਲ ਸੁਣਦੇ ਨੇ ਸਾਰੇ। ਜੇ ਅਮਨ ਚਾਰ ਬੰਦਿਆਂ ਦੇ ਵਿੱਚ, ਹੁਣ ਜਿਵੇਂ ਅਸੀਂ ਸਾਰੀ ਫੈਮਿਲੀ ਦੇਖੋ ਬੈਠੇ ਹਾਂ, ਹੈ ਨਾ, ਅਮਨ ਨੇ ਜੇ ਚਾਰ ਫੈਮਿਲੀ ਬੰਦਿਆਂ ਦੇ ਵਿੱਚ ਗੱਲ ਕਰਨੀ ਹੈ ਤਾਂ ਸਭ ਨੇ ਬਹੁਤ ਧਿਆਨ ਨਾਲ ਸੁਣਨੀ ਹੈ। ਇਹ ਨਹੀਂ ਹੈਗਾ ਵੀ ਅਮਨ ਦੀ ਗੱਲ ਅਣਗਹਿਲੀ ਜੀ ਕਰਨੀ ਹੈ, ਕਿਉਂਕਿ ਅਮਨ ਵੀ ਜੇ ਕਰਦੇ ਨੇ ਤਾਂ ਸਾਰੇ ਅਮਨ ਦਾ ਵੀ ਕਰਦੇ ਨੇ, ਹੈ ਨਾ। ਅਤੇ ਨਵੀ ਦਾ ਵੀ ਇਹੀ ਸੁਭਾਅ ਹੈ। ਇਹ ਬਾਠਾਂ ਦਾ ਸਾਰਿਆਂ ਦਾ ਇਹੀ ਸੁਭਾਅ ਹੈ। ਐਂ ਹਨੀਤ ਹੈ, ਹਨੀਤ ਜੇ ਪਿਆਰ ਕਰਦੀ ਹੈ ਤਾਂ ਸਾਰੇ ਕਰਦੇ ਨੇ। ਮਤਲਬ ਪਤਾ ਨਹੀਂ, ਇਹਦੇ ਵੱਲ ਨਾ ਅਟਰੈਕਸ਼ਨ ਜੀ ਹੁੰਦੀ ਹੈ ਸਾਰਿਆਂ ਨੂੰ, ਸਾਰਿਆਂ ਦੀ ਇਹਦੇ ਵੱਲ ਅਟਰੈਕਸ਼ਨ ਜੀ ਹੁੰਦੀ ਹੈ। ਅਤੇ ਉਵੇਂ ਹੀ ਹੁਣ ਜਿਵੇਂ ਜੇ ਇਹ ਸਾਰਿਆਂ ਦਾ ਪਿਆਰ ਕਰਦੀ ਆ, ਉਵੇਂ ਹੀ ਸਾਰੇ ਫਿਰ ਇਹਦਾ ਪਿਆਰ ਕਰਦੇ ਨੇ। ਆਹ ਦੇਖੋ, ਅੱਜ ਤੁਸੀਂ ਪਹਿਲੀ ਵਾਰ ਸਾਡੀ ਸਾਰੀ ਫੈਮਿਲੀ ਇਕੱਠੀ ਬੈਠੀ ਦੇਖੀ ਹੋਣੀ, ਪਰ ਇਹਦੇ ਵਿੱਚ ਮਿਸਿੰਗ ਹੈ ਗੋਲਾ ਵੀਰਾ। ਗੋਲਾ ਵੀਰਾ ਆਪਣੇ ਕੰਮ 'ਤੇ ਗਏ ਹੋਏ ਨੇ, ਗੋਲਾ ਵੀਰਾ ਮਿਸਿੰਗ ਨੇ। ਆਹ ਚਾਚਾ ਜੀ ਸਾਡੇ ਬੈਠੇ, ਆ ਅਮਨ, ਅਤੇ ਆ ਨਾ ਆਪਣੇ ਉੱਥੇ ਪਿੰਡ ਇਕੱਠੀ ਹੋਈ ਹੈ। ਦੀਦੀ ਨੇ ਤੁਹਾਨੂੰ ਆਲਰੇਡੀ ਆਪਣੇ ਬਲੌਗਸ 'ਚ ਦਿਖਾਤਾ, ਹੈ ਨਾ, ਫੈਮਿਲੀ ਮੈਂਬਰ ਨਵਾਂ, ਅਤੇ ਉਹ ਕੱਟੀ ਹੋਈ ਹੈ। ਹਨੀਤ ਨੂੰ ਚਾਹ ਚੜਿਆ ਪਿਆ ਸੀ ਵੀ ਇਹ ਕੀ ਹੈ, ਇਹ ਐਨੀਮਲ ਕੀ ਹੈ। ਮੈਂ ਉਹਨੂੰ ਕਿਹਾ ਵੀ ਤੂੰ ਹੱਥ ਲਾ ਕੇ ਦੇਖ, ਕਹਿੰਦੀ ਨਹੀਂ ਹੱਥ ਨਹੀਂ ਲਾਉਣਾ, ਦੂਰੋਂ ਦੂਰੋਂ ਦੇਖਣਾ, ਕਿੰਨਾ ਡਰਦੀ ਹੈ। ਦੇਖੋ ਇਹਨੇ ਕਦੇ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਨਹੀਂ ਨਾ, ਇਹਨੇ ਕਿ ਇਹਦੀ ਮਾਂ ਨੇ ਨਹੀਂ ਦੇਖੀਆਂ ਹੈਗੀਆਂ। ਮਤਲਬ ਮੈਂ ਵੀ ਪਿੰਡ ਆ ਕੇ ਦੇਖਣਾ ਜਦੋਂ ਸੁਰਤ ਸਾਂਭੀ ਆ ਉਦੋਂ ਦੇਖਣੀਆਂ ਸ਼ੁਰੂ ਕੀਤੀਆਂ, ਅਦਰਵਾਈਜ਼ ਮੈਂ ਵੀ ਬੋਰਨ ਵੀ ਸ਼ਹਿਰ ਦੀ ਹਾਂ, ਰਹੀ ਵੀ ਸ਼ਹਿਰ 'ਚ ਹਾਂ, ਪੜ੍ਹੀ ਵੀ ਸ਼ਹਿਰ 'ਚ ਹਾਂ। ਮਤਲਬ ਵੀ ਮੈਨੂੰ ਤਾਂ ਇਹ ਚੀਜ਼ਾਂ ਮੈਨੂੰ ਵੀ ਬਹੁਤ ਵਧੀਆ ਲੱਗਦੀਆਂ ਸੀ, ਹਨੀਤ ਨੂੰ ਵੀ ਬਹੁਤ ਵਧੀਆ ਲੱਗਦੀਆਂ ਨੇ, ਪਰ ਉਹਦੇ ਨੇੜੇ ਨਹੀਂ ਜਾਣਾ। ਮੈਂ ਹੱਸ ਰਹੀ ਸੀ, ਮੈਂ ਕਿਹਾ ਹਨੀਤ ਉਹਦੇ ਉੱਤੇ ਬਹਿ ਜਾ, ਅਤੇ ਇੱਥੇ ਸਾਰੇ ਅਸੀਂ ਇਕੱਠੇ ਖੜ੍ਹੇ ਸੀਗੇ। ਆਹ ਦੇਖ ਲਓ, ਮੇਰੀ ਨਣ ਜਠਾਣੀ ਨੂੰ ਨਾ ਮੇਰੀਆਂ ਚੱਪਲਾਂ ਬਹੁਤ ਸੋਹਣੀਆਂ ਲੱਗੀਆਂ, ਮੈਨੂੰ ਕਹਿੰਦੇ ਇਹ ਕਿੱਥੋਂ ਮਾਰੀਆਂ ਨੇ, ਇਹਨਾਂ ਨੂੰ ਪਤਾ ਵੀ ਇਹਦੀਆਂ ਨਹੀਂ ਹੈਗੀਆਂ। ਮੈਂ ਕਿਹਾ ਵੀ ਮੈਂ ਮੰਮੀ ਵੱਲੋਂ ਉੱਧਰੋਂ ਚੱਕ ਕੇ ਲਿਆਈਆਂ, ਹੁਣ ਮੈਨੂੰ ਛੇੜ ਰਹੇ ਨੇ, ਕਹਿੰਦੇ ਇਹ ਪੱਕੀ ਚੋਰ ਨਹੀਂ ਹੈ, ਕਹਿੰਦੇ ਜਿਹਦੇ ਘਰੇ ਜਾਂਦੀ ਹੈ ਚੀਜ਼ ਚੱਕ ਲਿਆਉਂਦੇ ਆ। ਮੈਂ ਕਿਹਾ ਹਾਏ ਤੁਹਾਡੇ ਘਰੋਂ ਕੀ ਚੱਕ ਕੇ ਲੈ ਗਈ ਮੈਂ, ਕਹਿੰਦੇ ਨਹੀਂ ਮਾਸੀ ਉੱਧਰ ਜਾਂਦੀ ਹੈ ਨਾ ਪੰਜਾਬੀ ਬਾਗ, ਉੱਥੋਂ ਕੁਛ ਨਾ ਕੁਛ ਚੱਕ ਲਿਆਉਂਦੀ ਹਾਂ, ਆਂਟੀ ਦਾ ਉਹ ਵਿਚਾਰੇ ਔਖੇ ਹੁੰਦੇ ਨੇ। ਮੈਂ ਕਿਹਾ ਔਖੇ ਕਿਉਂ ਹੁੰਦੇ ਨੇ, ਕਹਿ ਕੇ ਲੈ ਕੇ ਆਉਂਦੀ ਹਾਂ, ਕਹਿੰਦੇ ਨਹੀਂ ਨਹੀਂ ਤੂੰ ਤਾਂ ਚੋਰ ਨਹੀਂ ਹੈ। ਮੈਂ ਕਹਿੰਦੇ ਹੱਸਣ ਲੱਗ ਗਏ, ਕਹਿੰਦੇ ਜੇ ਕੋਈ ਫੋਨ ਨਾ ਕਿਸੇ ਦਾ ਲੱਭੇ ਨਾ ਤਾਂ ਕਮਲ ਕੋਲ ਲੱਭ ਲਓ, ਕਮਲ ਕੋਲ ਹੋਊਗਾ। ਮੈਂ ਕਿਹਾ ਆਹੋ ਬਦਨਾਮ ਕਰ ਦਿਉ ਚੰਗੀ ਤਰ੍ਹਾਂ ਮੈਨੂੰ, ਜੇ ਕੋਈ ਚੀਜ਼ ਕਿਸੇ ਦੀ ਨਾ ਲੱਭੇ ਨਾ ਕਮਲ ਕੋਲ ਹੋਊਗੀ, ਕਮਲ ਨੂੰ ਫਾਇੰਡ ਆਊਟ ਕਰ ਲਓ, ਹੈ ਨਾ। ਮੈਂ ਕਿਹਾ ਪੱਕੀ ਚੋਰ ਨਹੀਂ ਬਣਾਤਾ ਤੂੰ ਤਾਂ, ਮੈਨੂੰ ਲੈਵਲ ਦੇ ਤਾ ਮੈਨੂੰ ਵੀ ਕਮਲ ਚੋਰ ਹੈ, ਉੱਧਰ ਜਾਂਦੀ ਹੈ ਪੰਜਾਬੀ ਬਾਗ ਤੋਂ ਚੀਜ਼ ਚੱਕ ਲਿਆਉਂਦੀ ਹੈ। ਅਤੇ ਜਦਕਿ ਮੈਂ ਮੰਮੀ ਨੂੰ ਨਾ ਸੌਫਟ ਚੱਪਲਾਂ ਦੇ ਕੇ ਆਈ ਸੀਗੀ, ਇਹ ਚੱਪਲਾਂ ਫਿਰ ਮੈਂ ਉੱਥੋਂ ਪਾ ਕੇ ਆ ਗਈ ਸੀਗੀ, ਹੈ ਨਾ। ਇੱਥੇ ਆਪਾਂ ਪਹੁੰਚ ਗਏ ਮੇਰੇ ਨਾਨਕੇ ਘਰ। ਦੇਖੋ ਮੇਰਾ ਨਾਨਕਿਆਂ ਦਾ ਘਰ, ਹੈ ਨਾ, ਉਹ ਮੇਰੇ ਮਾਮੀ ਜੀ ਖੜ੍ਹੇ ਨੇ। ਅੱਜ ਹੈਗਾ ਸਿੰਮੀ ਦਾ ਹੈਪੀ ਬਰਥਡੇ। ਸਿੰਮੀ ਨੂੰ ਤੁਸੀਂ ਅੱਗੇ ਵੀ ਮਿਲੇ ਹੋ, ਮੇਰੇ ਮਾਮਾ ਜੀ ਦੀ ਬੇਟੀ ਨੂੰ, ਉਹ ਮੇਰੇ ਮਾਮਾ ਜੀ ਨੇ, ਹੈ ਨਾ, ਟਰਬਨ ਵਾਲੇ। ਆ ਅਮਨ ਨੇ, ਮੇਰੀ ਮਦਰ ਇਨ ਲਾਅ। ਮੰਮੀ ਨੂੰ ਅਸੀਂ ਨਾਲ ਲੈ ਕੇ ਗਏ ਸੀ ਕੇਕ ਕੱਟਣ ਵਾਸਤੇ। ਮੈਂ ਕਿਹਾ ਮੰਮੀ ਤੁਸੀਂ ਘਰੇ ਕੀ ਕਰਨਾ, ਵੀ ਤੁਸੀਂ ਪੈ ਹੀ ਜਾਣਾ ਹੁਣ ਜਾ ਕੇ, ਹੈ ਨਾ, ਵੀ ਆ ਜਾਓ ਆਪਾਂ ਨਾਲੇ ਸਿੰਮੀ ਦਾ ਕੇਕ ਕੱਟੇ ਆਉਂਦੇ ਹਾਂ, ਨਾਲੇ ਫਿਰ ਹੋਰ ਕੀ ਖਾ ਪੀ ਆਉਂਦੇ ਹਾਂ, ਨਾਲੇ ਉਹਨਾਂ ਦੇ ਤਾਂ ਕੋਈ ਰਿਸ਼ਤੇਦਾਰ ਇੰਨਾ ਆਇਆ ਨਹੀਂ ਸੀ ਹੋਇਆ ਸੀਗਾ, ਵੀ ਆਪਾਂ ਹੀ ਫੈਮਿਲੀ ਸੀਗੇ ਜਿਨ੍ਹਾਂ ਨੇ ਆਪਾਂ ਕੇਕ ਕੱਟਿਆ ਸੀ। ਆਹ ਦੇਖ ਲਓ, ਤੁਹਾਡੀ ਕੁੜੀ ਤਾਂ ਕਿਸੇ ਨੂੰ ਕੇਕ ਵੀ ਨਹੀਂ ਕੱਟਣ ਦਿੰਦੀ ਹੈਗੀ, ਸਾਰੇ ਫਰੈਂਡਸ ਦੇਖ ਲਓ, ਕੋਈ ਤੁਹਾਡੀ ਕੁੜੀ ਤਾਂ ਕਿਸੇ ਨੂੰ ਕੇਕ ਨਹੀਂ ਕੱਟਣ ਦਿੰਦੀ, ਕਹੂਗੀ ਮੈਂ ਹੀ ਕੱਟਣਾ। ਅਸੀਂ ਕਹਾਂਗੇ ਵੀ ਦੀਦੀ ਦਾ, ਮਾਸੀ ਦਾ ਬਰਥਡੇ ਹੈ ਜਾਂ ਵੀਰੇ ਦਾ ਬਰਥਡੇ ਹੈ, ਕਿਉਂਕਿ ਨਹੀਂ ਮੇਰਾ ਹੀ ਬਰਥਡੇ ਹੈ। ਦੇਖਿਓ ਹੁਣ ਇਹਨੇ ਕੇਕ ਦੇ ਹੀ ਦਾਲੇ ਘੁੰਮੀ ਜਾਣਾ, ਇਹਨੇ ਇਹ ਨਹੀਂ ਹੈਗਾ ਵੀ ਜੇ ਕੇਕ ਖਰਾਬ ਹੋ ਗਿਆ ਹੁਣ ਚਾਕੂ ਆਪ ਫੜੀ ਖੜੀ ਹੈ, ਕਹਿੰਦੀ ਵੀ ਮੈਂ ਹੀ ਕੱਟਣਾ ਕੇਕ। ਅਤੇ ਆਹ ਦੇਖੋ, ਹੈਪੀ ਬਰਥਡੇ ਨਹੀਂ ਕਹਿਣਾ ਉਹਨੇ, ਉਹਨੇ ਕੇਕ ਆਪ ਕੱਟਣਾ। ਅਤੇ ਆਹ ਕੁਛ ਕਰਦੀ ਆ, ਬਹੁਤ ਤੰਗ ਕਰਦੀ ਆ। ਫਿਰ ਮੈਂ ਕਿਹਾ, ਮੈਂ ਕਿਹਾ ਵੀ ਮਾਸੀ ਦਾ ਬਰਥਡੇ ਆ, ਮਾਸੀ ਨੂੰ ਕੇਕ ਕੱਟਣ ਦੇ, ਕਹਿੰਦੀ ਨਹੀਂ ਮੇਰਾ ਬਰਥਡੇ ਆ, ਮੈਂ ਹੀ ਕੇਕ ਕੱਟਣਾ। ਫਿਰ ਹੁਣ ਇੱਕ ਹੋਰ ਕੰਪਲਸ਼ਨ ਸੀਗੀ, ਇਹ ਸੀ ਵੀ ਜਿਹੜਾ ਜਿਹੜਾ ਸਿੰਮੀ ਮਾਸੀ ਨੂੰ ਕੇਕ ਖਵਾਊਗਾ ਉਹ ਹਨੀਤ ਨੂੰ ਵੀ ਕੇਕ ਖਵਾਊਗਾ, ਕਿਉਂਕਿ ਹਨੀਤ ਦਾ ਵੀ ਬਰਥਡੇ ਹੈ। ਆਹ ਕੁਛ ਕਰਦੀ ਹੈ, ਹੈ ਨਾ, ਮਾਮਾ ਜੀ ਸਗੋਂ ਪਰ ਬਹੁਤ ਪਿਆਰ ਕਰਦੇ ਨੇ ਮਾਮਾ ਮਾਮੀ ਜੀ, ਹੈ ਨਾ, ਮੇ ਬੱਚਿਆਂ ਨੂੰ ਦੋਨਾਂ ਨੂੰ ਹੀ, ਗੁਰਪ੍ਰਤਾਪ ਨੂੰ ਵੀ, ਇਹਨੂੰ ਵੀ। ਮਾਮਾ ਜੀ, ਮਾਮਾ ਹੀ ਨਹੀਂ ਕਹਿਤਾ, ਮਾਮਾ ਹੀ ਕਹਿੰਦੇ ਜਿਹੜਾ ਜਿਹੜਾ ਸਿੰਮੀ ਨੂੰ ਖਵਾਊਗਾ ਉਹ ਹਨੀਤ ਨੂੰ ਵੀ ਖਵਾਉ। ਆਹ ਦੇਖੋ, ਹੁਣ ਇਹਨੂੰ ਇਹ ਨਹੀਂ ਹੈਗਾ ਵੀ ਜੇ ਕੇਕ ਡੁੱਲ ਗਿਆ, ਮਤਲਬ ਕੇਕ ਦੇ ਉੱਤੇ ਗਿਰ ਗਈ ਤਾਂ ਕੇਕ ਸਾਰਾ ਖਰਾਬ ਹੋ ਜੂਗਾ, ਨੋਜ਼ੀ ਆ ਜਾਂਦੀ ਹੈ ਸਾਡੀ ਸਾਰਿਆਂ ਦਾ ਹੀ, ਬੱਚਿਆਂ ਦਾ ਨਾ ਸੁੜ ਸੁੜ ਚੱਲਦਾ। ਸਿੰਮੀ ਦਾ ਬਰਥਡੇ ਆ, ਸਿੰਮੀ ਦਾ ਵੀ ਇਹੀ ਹਾਲ ਚੱਲਦਾ, ਹਨੀਤ ਦਾ, ਹਨੀਤ ਦਾ ਵੀ ਇਹੀ ਹੈ, ਅਤੇ ਸਾਰੇ ਨੋਜ਼ੀ ਸਾਰਿਆਂ ਦੀ ਚੱਲੀ ਜਾਂਦੀ ਆ, ਔਖਾ, ਹੈ ਨਾ। ਮੇਰੇ ਮੰਮੀ ਮਦਰ ਇਨ ਲਾਅ ਪਹਿਲੀ ਵਾਰ ਗਏ ਸੀਗੇ ਮੇਰੇ ਮਾਮਾ ਜੀ ਦੇ ਘਰੇ, ਹੈ ਨਾ, ਵਿਆਹ ਤੋਂ ਬਾਅਦ। ਮੰਮੀ ਕਦੇ ਗਏ ਹੀ ਨਹੀਂ ਹੈਗੇ, ਅਮਨ ਤਾਂ ਚਲੋ ਜਾਂਦੇ ਰਹਿੰਦੇ ਨੇ, ਅਸੀਂ ਵੀ ਜਾਂਦੇ ਰਹਿੰਦੇ ਹਾਂ, ਮੰਮੀ ਤਾਂ ਕਦੇ ਵੀ ਨਹੀਂ ਗਏ ਹੈਗੇ, ਕਿਉਂਕਿ ਮਾਮੀ ਜੀ ਉਹਨੀ ਉਹ ਮਿਲਣੀ ਮੁਲਣੀ ਕਰਨ ਆ ਗਏ ਸੀਗੇ। ਮੰਮੀ ਨਹੀਂ ਕਦੇ ਵੀ ਮਾਮਾ ਜੀ ਦੇ ਘਰੇ ਗਏ, ਨਾਲੇ ਸਾਡੇ ਮਾਮਾ ਜੀ ਦਾ ਘਰ ਐਂ ਹੈ ਵੀ ਇੱਕ ਗਲੀ ਛੱਡ ਕੇ ਪਿੱਛੇ ਹੀ ਹੈ,
फिर भी मेरे मदर इन लॉ बेचारे कदे नहीं गए हैगे मामा जी दे घरे, पहली बार गए सीगे इत्थे, है ना। वह भी चलो सिमी दे बर्थडे दे बहाने नाल असी सारे ने जाना सी। फिर मैं ही नाले अमन ने भी कहता मम्मी तुसी करोगे भी की घरे, नवी भी घरे नहीं सीगा, चलो नवी भी गेड़ा जिहा कढ़न गया होया सी, भी तुसी कल्ले पए रहोगे, आ जाओ आपां मुड़ी आउणा। वैसे असी अद्धे घंटे बाद मुड़ी आए सीगे खा पी के, है ना। तो इत्थे मम्मी केक खवा रहे ने, फिर असी मम्मा दी असी आप साडी फैमिली असी इकट्ठे खवावांगे, मैं मम्मी ते अमन असी इकट्ठे खवावांगे। मैं कहा पल पहला तुसी सारे खवा लो। आ सिमी मेरे मामा जी दी तीन बेटियां ने, मैं थोनू अज दस दी हां। वो नीशू है जिहड़ी ब्लैक टॉप वाली, वह सब तो छोटी है। जिहड़ी सिमी है ये हैगी है बचालड़ी, तो जिहड़ी अमन है वह बाहर गई हुई है, मामा जी दी बेटी वह सब तो बड़ी है। मेरे मामा जी दे तीन बेटियां ही बेटियां ने, है ना। तो तीनों वधिया ने, अजकल दे बच्चियां नालों तो बहुत वधिया ने बच्चे, मतलब सुलझियां हुई ने, अपने माँ बाप तो डरदिया ने, माँ बाप के कहने च ने, बस यही होंगे, होर बच्चे का कुछ नहीं होंगे है। मामा जी ने जे एक झिड़क मारनी है या मामी जी ने मारनी है, बच्चे डरते हैं, क्योंकि अजकल दे बच्चे नहीं डरते है, पर यह बच्चे डरते हैं। इन्ना ही रब का बहुत ज़्यादा शुकराना है भी, है ना, मामा जी उन्होंने इन्नी कृपा भी उन्होंने बच्चे उन्होंने हाथ च ने, या उन्होंने बच्चे उन्होंने कहने च ने बस, क्योंकि अजकल दे बच्चे कहने च ने, थोनू भी पता कि होंगे ने बच्चों। जे आ निक्की जी हनीत नू भी मैं झिड़कदा ना, वह भी मूहरों अखा कड्डूगी, वह भी मूहरों आकड़ी है, है ना। यह तो फिर भी चलो जवान कुड़ियां ने, है ना, वह भी आकड़ी है, पर मैं अमन नू कहनी हुंनी आ भी चलो रब की कृपा होनी चाहिए, रब ने बस इन्ना बच्चों नू मतलब सॉल्व किया होना चाहिए भी बच्चे अपने माँ बाप का कहना मनन। चलो माँ बाप भी बच्चों तो बाहर नहीं होंगे, जो बच्चे कहेंगे आप चीज़ मनांगे, पर बच्चों भी माँ बाप का कहना मनना चाहिए, माँ बाप को भी बच्चों का कहना मनना चाहिए, है ना। इतने मैं सिमी को बना रही थी जोकर, मैं ना हूँ मैं एक डिसाइड किया भी मैं किसी भी ब्लॉग लैक्चर्स नहीं दिया करने, ना हूँ मैं सैड जी गल करना, आप हासे मजाक दल्ला करनिया ने, हूँ बहुत हो गया, बहुत यहोजे ब्लॉग्स पाते मैं, है ना, कदम किसी की कहानी कदम किसी की कहानी, बस यार बहुत हो गया, हुण हासा मजाक कर लिए, हासे मजाक दी जिंदगी आ। ते आ हनीत ना खाण दे टेबल दे आले दाले चक्कर चल रहे ने, उन्हों पता भी टेबल दे उत्ते खाण पीण दा पिया, हुण आ चेयर ते आ उदो चढ़िया नहीं जा रहा, फिर मैं चेयर पिछे कीती तां उहदे चढ़ गया, कहिंदी मैं उत्ते बह के आराम ना खाऊंगी। आ देखो सिमी किन्नी क्यूट लग रही है, सोहणी लग रही है ना, मतलब ये क्यूट जिया ने, ए नहीं हैगा भी कोई कह दूगा भी इनू 20 साल दी है, है ना, भी मच्योर जिया नहीं लगदिया है, ना ये मेकअप करन, ना मेरे मामी जी करन। मेरे मामी जी देखो किन्ने सिंपल ने। आ मेरे मामा जी का सारा घर है, तो थोनू हुण मैं मिलानी हाँ मेरे नानी नाना जी नाल। तो आ मेरे नाना जी ने, आ मेरी नानी जी ने बहुत प्यारे सीगे मैनू, मतलब हुण भी बहुत प्यारे ने। कई बार तो ना मन ऐ हुंदा भी ये कित्थे ने, है ना, क्योंकि मैं सारी जिंदगी इन्हां कोल ही कट्टी है, असी मतलब यही साडी सपोर्ट सीगे। आ मैं हासे वाली गल, मेरी मम्मा एड्डी वड्डी प्लेट भर के बैठे ने, असी ना इन्ना मजाक किया मम्मी नू, इन्ना मजाक किया, मैं कहा मम्मी देखी तुसी किड्डी प्लेट भर के बैठे हो, ऊं तुसी कहने हो भी नहीं मैं तो बस थोड़ा जिहा खाऊंगी, नहीं मैं तो थोड़ा जिहा खाऊंगी, माता मेरी बहुत ऐ ने भर के प्लेट बह जांदे ने मूहरे, फिर चाहे शुगर वधे चाहे कोलेस्ट्रॉल ट्रोल वधे जो मर्जी बधी जावे एक बार खा लेना। मेरे ना नानी जी कहते होंगे, फिर सानू गल याद आ जाती है, नानी कहते कहते खाते पीते मरते हुई पे मरते हुई भी एक बार खा तो लीए। आ थोड़ी हनीत भी प्लेट नूडल्स की भरी बैठी है मूहरे, देखो मैं अज सारे पोला खोलनी भी अगला सारे कह देंगे ना मैं घट खाना मैं घट खाना। आ देखो प्लेटा ऐ भर भर के बहना, कोई ना मैं अपनी प्लेट भी दिखाऊंगी जे ब्लॉग दे विच शूट की हुई, क्योंकि अपनी मैं आप नहीं कर सकती, मैं सारे दी शूट कर रही सी। आ हनीत नू ना नूडल्स खानिया नहीं आ रही, बेचारिया टेबल ते गेर लेंदी है, फिर उन्होंने मतलब सक कर दी है, सू करके पीती है, आ पानी पी रही है, कोक यह पीती नहीं हैगी, टचूड़ ये ना होर बच्चों वाग कोक नहीं पीती, यह पानी पी के खुश है। आ इतने मम्मी पहली बार आए थे, मामी जी उन्होंने माण ताण कर रहे हैं, थोनों भी पता है माण ताण होंगे है ना, ये चलो की आप देना आप लै लेना। मम्मी ने भी चलो मम्मी कहते नहीं भी मैं भैन जी तो एक चीज़ भी नहीं रखनी, मैं 100 रुपया लेना भी मैं नहीं लैना, मम्मी ने बहुत, फिर चलो मैं मम्मी ने भी कहा, मैं मम्मी चल सवा के पा लियो, यही मामी का बहुत माण होजू भी उन्होंने घरों ही दिता, हर कोई घरों ही दिता है ना भी उन्होंने जहजा उन्होंने तो सरिया वो दिता, फिर अमन नू शगन मिलया। वैसे मेरा घर वाला बहुत प्रैक्टिकल जे ने, मैं की कहा भी प्रैक्टिकल जे ने, शगन कोई दवे सही सानू असी तो मिनट च फड़ लईदा, आपा नहीं नखरे करी दे, मैं नहीं, ये अमन का कहाना है भी जे चलो देना लेना तो बनिया होया। इत्थे आपा करदे आ ब्लॉग का एंड,
क्योंकि रात हो चुकी है, 10 बज चुके ने, 10:30 हो चुके ने, अनुपमा फिनिश हो चुकी है। सो इत्थे करदे आपां ब्लॉग दा एंड, कलू मिलांगे फिर एक नवे ब्लॉग दे नाल। तद तक लई सारयां नूं प्यार भरी सति श्री अकाल, सारयां नूं दिलों सत्कार है, ते वड्डियां नूं सत्कार, बच्चियां नूं बहुत सारा प्यार। लव यू माई ऑल फैमिली, मेरिया फ्रेंड्स, मेरिया सिस्टर, सारयां नूं लव यू आ बहुत सारा। सो कलू मिलांगे एक नवे ब्लॉग दे नाल, नवी सवेर दे नाल, नवे रूटीन दे नाल, ते होप थोनू बहुत सारियां वधिया वधिया चीज़ां मैं होर नवियां लैके आ सकां। घूमदे अज तां सारा घूमण दा ब्लॉग हो गया, कल आपां रूटीन भी शुरू करांगे, थोड़ी जी साफ सफाई शुरू करांगे। मैं एक्चुअली ना श्राद्धां दे दिन दे विच आ सफाई करना नहीं चाहुंदी हैगी, मैनू ए है भी चलो श्राद्ध लंघ जाण, आपां नरात्यां च सफाई वगैरह शुरू करांगे, है ना। हुण तां डीप क्लीनिंग होगी, थोनू रेगूलर डीप क्लीनिंग दिखाई जाऊगी, 4-5 दिन किते जाणा नहीं, किते आउणा नहीं, घर दी सफाई करांगे। सो कल मिलदे आ इक नवें ब्लॉग दे नाल, तद तक लई सारयां नूं प्यार भरी सति श्री अकाल, बाय, गुड नाइट सारयां नूं, स्वीट ड्रीम्स।